ਸਤਿਗੁਰੂ ਗੁਰੂ ਮੰਤਰ ਹੈ ਜਪ ਹਮੇ ਖੋਈ। ਮੇਰੇ ਸਤਿਗੁਰੂ ਨੇ ਜਿਹੜਾ ਆਪਣੇ ਮਨ ਵਿੱਚ ਹੰਕਾਰ ਦਾ ਕਿੱਲਾ ਫਸਿਆ ਹੈ ਉਹਨੂੰ ਕੱਢਣ ਲਈ ਜਿਹੜਾ ਦਾਰੂ ਬਖਸ਼ਿਸ਼ ਕੀਤਾ ਹੈ, ਆਓ ਉਸ ਦਾਰੂ ਨੂੰ ਬੁਲੰਦ ਕਰਕੇ ਆਪਣੇ ਮਨ ਵਿੱਚ ਹਮੇ ਦਾ ਕਿੱਲਾ ਜਿਹੜਾ ਪੁੱਟ ਕੇ ਸੁੱਟੀਏ ਇੱਕ ਵਾਰ ਪਿਆਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੇ ਕਰਮਾਂ ਤੇ ਭਾਗਾਂ ਵਾਲੇ ਹੋ ਕਿ ਦੂਜੇ ਗੁਰਦੇਵ ਪਿਤਾ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਦੇ ਗੁਰਦਾ ਗੱਦੀ ਦਿਵਸ ਨੂੰ ਸਮਰਪਿਤ ਸਲਾਨਾ ਜੋੜ ਮੇਲੇ ਵਿੱਚ ਇਤਿਹਾਸਿਕ ਨਗਰ ਖਡੂਰ ਸਾਹਿਬ ਵਿੱਚ ਇਤਿਹਾਸਿਕ ਅਸਥਾਨ ਗੁਰਦੁਆਰਾ ਅੰਗੀਠਾ ਸਾਹਿਬ ਦੀ ਹਾਜ਼ਰੀ ਪਾ ਰਹੇ ਹੋ। ਬੜੇ ਰੁਝੇਵਿਆਂ ਭਰੇ ਦਿਹਾੜਿਆਂ ਵਿੱਚੋਂ ਟਾਈਮ ਕੱਢ ਕੇ ਆਪ ਸਤਿਗੁਰਾਂ ਦੇ ਚਰਨਾਂ ਵਿੱਚ ਆਏ ਹੋ। ਆਓ ਕੁਝ ਇਤਿਹਾਸਿਕ ਵਿਚਾਰਾਂ ਦੇ ਨਾਲ ਸਾਂਝ ਪਾਈਏ। ਸਾਡੇ ਤੋਂ ਪਹਿਲਾਂ ਕੌਮ ਦੇ ਮਹਾਨ ਕਵੀਸ਼ਰਾਂ ਨੇ, ਰਾਗੀ ਸਿੰਘਾਂ ਨੇ ਅਤੇ ਸ਼ਬਦ ਚੌਂਕੀ ਜਥੇ ਨੇ ਆਪ ਨੂੰ ਨਿਹਾਲ ਕੀਤਾ ਹੈ। ਆਓ ਦਾਸਰਿਆਂ ਨੂੰ ਕੁਝ ਸਮਾਂ ਨਸੀਬ ਹੋਇਆ ਹੈ ਸਤਿਗੁਰਾਂ ਦੇ ਚਰਨਾਂ ਦੇ ਨਾਲ ਲਾਈਏ ਆਪਣੇ ਇਤਿਹਾਸ, ਆਪਣੇ ਉਸ ਪਿਛੋਕੜ ਨੂੰ ਵੇਖੀਏ ਸਾਡਾ ਪਿਛੋਕੜ ਕੀ ਹੈ। ਮੈਂ ਗੱਲ ਕਰਾਂ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੀਵਨ ਦੇ ਵਿੱਚੋਂ ਇੱਕ ਸ਼ਾਇਰ ਲਿਖਦਾ। ਉਹ ਕਹਿੰਦਾ ਕਿਸੇ ਆਖਿਆ ਕੌਮਾਂ ਦੀ ਜ਼ਿੰਦਗੀ ਨੂੰ ਉੱਚਾ, ਚਿੱਤ ਦੇ ਦਾਨ ਬਲੀਦਾਨੀਆਂ ਦੇ, ਕਿਸੇ ਤਾਕਤ ਤਲਵਾਰ ਨੂੰ ਮੁੱਖ ਮੰਨਿਆ, ਦੱਸੇ ਫਲਸਫੇ ਕਿਸੇ ਰੂਹਾਨੀਆਂ ਦੇ, ਗੱਲਾਂ ਸਾਰੀਆਂ ਓਦਾਂ ਹੀ ਚੰਗੀਆਂ ਨੇ, ਚੰਗੇ ਗੁਣ ਨੇ ਚੰਗੀਆਂ ਨਿਸ਼ਾਨੀਆਂ ਦੇ, ਐਪਲ ਤੱਤ ਸਿਆਣਿਆਂ ਕੱਢ ਛੱਡੇ ਤੇ ਕੌਮਾਂ ਜਿਉਂਦੀਆਂ ਸਦਾ ਕੁਰਬਾਨੀਆਂ ਤੇ। ਮੇਰੇ ਦਾਦੇ ਦਾ ਕੁਰਬਾਨੀਆਂ ਭਰਿਆ ਇਤਿਹਾਸ, ਸਤਿਗੁਰੂ ਚਮਕੌਰ ਦੀ ਗੜੀ ਵਿੱਚ ਆਪਣੇ ਦੋ ਵੱਡੇ ਪੁੱਤਰਾਂ ਨੂੰ ਅੱਖਾਂ ਸਾਹਮਣੇ ਸ਼ਹੀਦ ਹੁੰਦੇ ਦੇਖ ਕੇ ਜਕਾਰੇ ਤੇ ਜਕਾਰਾ ਛੱਡ ਕੇ ਤਾੜੀ ਤੇ ਤਾੜੀ ਮਾਰ ਕੇ ਚਮਕੌਰ ਦੀ ਗੜੀ ਦੇ ਵਿੱਚੋਂ ਵੈਰੀ ਨੂੰ ਲਲਕਾਰ ਕੇ ਨਿਕਲੇ ਨੇ। ਉੱਥੋਂ ਆਏ ਨੇ ਮਾਝੀ ਵਾੜੇ ਦੇ ਜੰਗਲਾਂ ਦੇ ਵਿੱਚੋਂ ਦੀ ਹੁੰਦੇ ਹੋਏ ਗਨੈਤ ਪਿੰਡ ਵਿੱਚ ਫੱਤੇ ਨੰਬਰਦਾਰ ਨੂੰ ਮਿਲੇ ਨੇ। ਫੱਤੇ ਮੁਸੰਦ ਦੇ ਕੋਲੋਂ ਮੇਰੇ ਸਤਿਗੁਰਾਂ ਨੇ ਘੋੜੀ ਦੀ ਮੰਗ ਕੀਤੀ ਹੈ। ਉਹਨੇ ਇਨਕਾਰ ਕਰ ਦਿੱਤਾ, ਆਖਿਆ ਸਤਿਗੁਰੂ ਘੋੜੀ ਤਾਂ ਘਰੇ ਨਹੀਂ, ਘੋੜੀ ਤਾਂ ਮੇਰਾ ਰਿਸ਼ਤੇਦਾਰ ਲੈ ਗਿਆ ਏ, ਜੇਕਰ ਤੁਹਾਨੂੰ ਨਹੀਂ ਯਕੀਨ ਤੇ ਮੇਰੇ ਨਾਲ ਚੱਲ ਕੇ ਵੇਖ ਲਓ। ਸਤਿਗੁਰ ਆਖਿਆ ਫੱਤਿਆ ਚੰਗਾ ਫਿਰ ਭਾਈ ਨਹੀਂ ਹੋਣੀ। ਸਤਿਗੁਰੂ ਇੰਨੀ ਗੱਲ ਕਹਿ ਕੇ ਫੱਤੇ ਨੂੰ ਆਸ਼ੀਰਵਾਦ ਦੇ ਕੇ ਉੱਥੋਂ ਗਾਹ ਗਏ ਨੇ। ਫੱਤਾ ਨੰਬਰਦਾਰ ਘਰੇ ਗਿਆ ਇਹਨੇ ਬਰਾਂਡੇ ਦੇ ਵਿੱਚ ਘੋੜੀ ਲਗਾ ਕੇ ਬੱਧੀ ਸੀ, ਘੋੜੀ ਨੂੰ ਸੱਪ ਲੜਿਆ ਘੋੜੀ ਮਰ ਗਈ, ਅਗਲੇ ਦਿਨ ਇਹਨੂੰ ਸੱਪ ਲੜਿਆ ਵੀ ਮਰ ਗਿਆ। ਇੱਧਰ ਮੇਰੇ ਸਤਿਗੁਰੂ ਮੰਜ਼ਲਾਂ ਮਾਰਦੇ ਹੋਏ ਰਾਏ ਕੋਟ ਦੀ ਧਰਤੀ ਤੇ ਪਹੁੰਚੇ ਨੇ, ਵਾਗੀ ਮੱਝਾਂ ਤਰਾ ਰਹੇ ਨੇ, ਵਾਗੀਆਂ ਦੇ ਕੋਲੋਂ ਮੇਰੇ ਦਾਦੇ ਨੇ ਦੁੱਧ ਦੀ ਮੰਗ ਕੀਤੀ। ਅੱਗੋਂ ਵਾਗੀਆਂ ਆਖਿਆ ਸਤਿਗੁਰੂ ਸਾਡੀਆਂ ਝੋਟੀਆਂ ਅਫਸਰਾਂ ਨੇ ਇਹ ਦੁੱਧ ਨਹੀਂ ਦਿੰਦੀਆਂ। ਉਹ ਸਾਹਮਣੇ ਨੂਰਾ ਮਾਈ ਉਹ ਰਾਏ ਕੱਲੇ ਦੇ ਚੌਧਰੀ ਦਾ ਨੌਕਰ ਹੈ, ਉਹਦੀਆਂ ਘੋੜੀਆਂ ਦੁੱਧ ਲੈਂਦੀਆਂ ਨੇ, ਤੁਸੀਂ ਉਹਦੇ ਕੋਲੋਂ ਦੁੱਧ ਦੇਵੋ। ਜਦੋਂ ਮੇਰੇ ਸਤਿਗੁਰਾਂ ਨੇ ਉਹਦੇ ਕੋਲੋਂ ਦੁੱਧ ਮੰਗਿਆ ਉਹਨੇ ਵੀ ਆਖਿਆ ਸਤਿਗੁਰੂ ਮੇਰੀਆਂ ਝੋਟੀਆਂ ਅਫਸਰਾਂ ਨੇ। ਸਤਿਗੁਰੂ ਆਖਿਆ ਨੂਰਿਆ ਜਿਹੜੇ ਥੱਲੇ ਮਰਜ਼ੀ ਥਾਪੀ ਮਾਰ ਕੇ ਬਹਿ ਜਾ, ਝੋਟੀ ਦੁੱਧ ਲਾਵੇਗੀ। ਇਹਨੇ ਆਖਿਆ ਸਤਿਗੁਰੂ ਜੇ ਝੋਟੀ ਨੇ ਦੁੱਧ ਲਾ ਦਿੱਤਾ ਤੇ ਮੇਰੇ ਕੋਲ ਕੋਈ ਬਰਤਨ ਨਹੀਂ ਹੈਗਾ ਜਿਹਦੇ ਵਿੱਚ ਮੈਂ ਇਹਨੂੰ ਪਾ ਸਕਾਂ। ਮੇਰੇ ਸਤਿਗੁਰੂ ਨੇ ਗੰਗਾ ਸ਼ਾਗਰ ਕੱਢ ਕੇ ਦਿੱਤਾ। ਨੂਰਾ ਮਾਈ ਵੇਖ ਕੇ ਮੁਸਕਰਾਇਆ, ਆਖਿਆ ਪੀਰ ਜੀ ਜੇ ਝੋਟੀ ਨੇ ਥਾਪੀ ਮਾਰਿਆ ਦੁੱਧ ਲਾ ਵੀ ਦਿੱਤਾ ਤੇ ਇਹਦੇ ਵਿੱਚ ਦੁੱਧ ਠਹਿਰਨਾ ਨਹੀਂ, ਇਹਦੇ ਵਿੱਚ ਹਜ਼ਾਰਾਂ ਛੇਕ ਨੇ। ਮੇਰੇ ਮਾਲਕ ਨੇ ਆਖਿਆ ਨੂਰਿਆ ਜਿੱਦਾਂ ਝੋਟੀ ਦੁੱਧ ਲਾਵੇਗੀ ਉਦਾਂ ਇਹਦੇ ਵਿੱਚ ਦੁੱਧ ਠਹਿਰ ਵੀ ਜਾਵੇਗਾ। ਨੂਰੇ ਮਾਈ ਨੇ ਅਫਸਰ ਝੋਟੀ ਦਾ ਦੁੱਧ ਚੋ ਕੇ ਮੇਰੇ ਸਤਿਗੁਰਾਂ ਨੂੰ ਛਕਾਇਆ, ਘਰੇ ਗਿਆ ਏ ਜਾ ਕੇ ਆਪਣੇ ਮਾਲਕ ਰਾਏ ਕੱਲੇ ਨੂੰ ਬੀਤੇ ਸਾਰੇ ਹਾਲਾਤ ਦਾ ਵਰਣਨ ਹੈ ਇਹ ਦੱਸਦਾ ਵੀ ਮਾਹੀ ਰਾਏ ਨੂੰ ਫਰਮਾਵੇ ਮੈਥੋਂ ਸਿਫਤ ਕਰੀ ਨਾ ਜਾਵੇ, ਜੋ ਵੀ ਉਸਦੇ ਦਰਸ਼ਨ ਪਾਵੇ ਮਨ ਦੀ ਤ੍ਰਿਖਾ ਮਟਾਉਂਦਾ ਏ।
ਮਾਨਸ ਰੂਪ ਚ ਖੋਜ ਖੁਦਾ ਨੂੰ ਵੇਖਿਆ ਮੈਂ, ਦਰਸ਼ਨ ਕਰਕੇ ਸਿਰ ਚੁੱਕ ਜਾਂਦਾ ਹੈ। ਕੈਸਾ ਹੈ ਮਾਹੀ ਦਾ ਮੁਖੜਾ, ਦਰਸ਼ਨ ਕਰਕੇ ਟੁੱਟਦਾ ਦੁਖੜਾ, ਦੇ ਸੁਗੰਧਾ ਚੰਦਨ ਮੁਖੜਾ, ਰਸ ਨੀ ਅੰਮ੍ਰਿਤ ਜੋ ਸਕਦਾ। ਕਲਗੀ ਤਰਨ ਦਸ਼ਮੇਸ਼ ਸਤਿਗੁਰੂ ਨੰਦਪੁਰੀਆ, ਨੰਦਪੁਰੀਆ ਰੂਪ ਇਲਾਹੀ ਉਹੀ ਹੋ ਸਕਦਾ। ਉਸ ਦੀ ਤਾਪ ਨਾ ਚੱਲੀ ਜਾਵੇ ਜਦ ਵੀ ਨਿਦਰੇ ਰਹਿਮਤ ਪਾਵੇ, ਤੱਕ ਕੇ ਮਨ ਨੂੰ ਸ਼ਾਂਤੀ ਆਵੇ, ਰਸਨਾ ਚੋਂ ਕੁਝ ਗਾਂਦਾ ਏ। ਮਾਨਸ ਰੂਪ ਚ ਖੋਜ ਖੁਦਾ ਨੂੰ ਵੇਖਿਆ ਮੈਂ, ਵੇਖਿਆ ਮੈਂ, ਦਰਸ਼ਨ ਕਰਕੇ ਸਿਰ ਚੁੱਕ ਜਾਂਦਾ ਹੈ। ਉਹ ਐਸਾ ਪਹਿਨਿਆ ਹੈ ਤਨ ਜਾਮਾ, ਰੱਬੀ ਨੂਰ ਕੇ ਖੁਦਾ ਸਿਆਨਾ, ਉਸ ਨੂੰ ਜਗ ਪਰੇ ਪਰਨਾਮਾ, ਜੋ ਹਰ ਮਨ ਨੂੰ ਮੋਹ ਸਕਦਾ। ਕਲਗੀ ਦਰ ਦਸ਼ਮੇਸ਼ ਸਤਿਗੁਰੂ ਨੰਦਪੁਰੀਆ, ਨੰਦਪੁਰੀਆ ਰੂਪ ਇਲਾਹੀ ਉਹੀ ਹੋ ਸਕਦਾ। ਅਵਸਰ ਚੋਟੀ ਦਾ ਦੁੱਧ ਚੋਇਆ, ਅਵਸਰ ਚੋਟੀ ਦਾ ਦੁੱਧ ਚੋਇਆ, ਲੋਟਾ ਛੇਕਾਂ ਨਾਲ ਪਰੋਇਆ, ਉਸ ਤੋਂ ਇੱਕ ਵੀ ਬੂੰਦ ਨਾ ਚੋਇਆ, ਐਸੇ ਕਰਮ ਕਮਾਉਂਦਾ ਏ। ਮਾਨਸ ਰੂਪ ਚ ਖੋਜ ਖੁਦਾ ਨੂੰ ਵੇਖਿਆ, ਰੂਪ ਇਲਾਹੀ ਉਹੀ ਹੋ ਸਕਦਾ। ਸ਼ਾਹ ਜੀ ਉਸਦੇ ਕਰਤਬ ਨਿਆਰੇ, ਪਰ ਮੈਂ ਵੇਖ ਨਾ ਸਕਿਆ ਸਾਰੇ, ਕਰਤਬ ਤੱਕ ਕੇ ਜਜ਼ਬਨ ਹਾਰੇ, ਰਹਿੰਦਾ ਸ਼ੁਕਰ ਮਨਾਉਂਦਾ ਏ। ਮਾਨਸ ਰੂਪ ਚ ਖੋਜ ਖੁਦਾ ਨੂੰ ਵੇਖਿਆ ਮੈਂ, ਦਰਸ਼ਨ ਕਰਕੇ ਸਿਰ ਚੁੱਕ ਜਾਂਦਾ। ਰੂਪ ਇਲਾਹੀ ਉਹੀ ਹੋ ਸਕਦਾ। ਮੇਰੀ ਨਮਸਕਾਰ ਉਸ ਤਾਈ, ਰਾਏ ਤੂੰ ਵੀ ਦਰਸ਼ਨ ਪਾਈ। ਮੇਰੀ ਨਮਸਕਾਰ ਉਸ ਤਾਈ, ਰਾਏ ਤੂੰ ਵੀ ਦਰਸ਼ਨ ਪਾਈ, ਕਰਕੇ ਦਰਸ਼ਸ਼ਾਂਤ ਹੋ ਜਾਈ, ਉਹ ਦਿਲ ਨੂੰ ਠੰਡ ਵਰ ਕਹਿੰਦਾ ਏ। ਮਾਨਸ ਰੂਪ ਚ ਖੋਜ ਖੁਦਾ ਨੂੰ ਵੇਖਿਆ ਮੈਂ, ਦਰਸ਼ਨ ਕਰਕੇ ਸਿਰ ਚੁੱਕ ਜਾਂਦਾ ਹੈ। ਖਬਰੇ ਕਲਗੀ ਵਾਲਾ ਹੋਵੇ, ਜਿਹੜਾ ਮਸਤਾਂ ਦੇ ਦਿਲ ਮੋਵੇ, ਨਾਲੇ ਉਸਰ ਚੋਟੀ ਚੋਵੇ, ਉਹ ਸਤਿਗੁਰ ਹੀ ਚੋ ਸਕਦਾ। ਕਲਗੀ ਦਰ ਦਸ਼ਮੇਸ਼
ਆਪਣੇ ਅੱਖੀ ਵੇਖਿਆ ਸਾਰਾ ਹਾਲਾਤ, ਜਾ ਕੇ ਆਪਣੇ ਮਾਲਕ ਰਾਏ ਕੱਲੇ ਨੂੰ ਦੱਸਿਆ ਹੈ। ਰਾਏ ਕੱਲੇ ਨੇ ਆਖਿਆ ਚੱਲ ਫਿਰ ਵੇਖੀਏ, ਖਬਰ ਕਿਤੇ ਕਲਗੀ ਵਾਲਾ ਸਤਿਗੁਰੂ ਹੀ ਨਾ ਹੋਵੇ। ਦੋਵੇਂ ਜਾਣੇ ਆਏ ਨੇ ਆ ਕੇ ਮੇਰੇ ਸਤਿਗੁਰੂ ਸਾਹਮਣੇ, ਪਿੰਡੋਂ ਬਾਹਰ ਇੱਕ ਟਾਹਲੀ ਥੱਲੇ ਬੈਠੇ ਹੋਏ ਨੇ। ਕੀ ਤੱਕਦਾ ਹੈ, ਨਾ ਲਾਗੇ ਵੱਡੇ ਸਾਹਿਬਜ਼ਾਦੇ ਨੇ, ਨਾ ਛੋਟੇ ਸਾਹਿਬਜ਼ਾਦੇ ਨੇ, ਨਾ ਗੁਰੂ ਕੀਆਂ ਫੌਜਾਂ ਤੇ ਨਾ ਹੀ ਮਹਿਲ ਦਿਸ ਰਹੇ ਨੇ। ਰਾਹੀ ਕੋਈ ਪ੍ਰੀਤ ਦੀਆਂ ਮੰਜ਼ਲਾਂ ਦਾ ਤੇ ਮੰਜ਼ਲ ਸੰਸਾਰ ਦੇ ਕਰਨ ਵਾਲੇ ਤੂੰ ਕੀਤਾ ਪੁੱਤਾਂ ਦਾ ਹੱਥੀ ਸੰਸਕਾਰ ਵੀ ਨਾ। ਮੇਰੇ ਸਤਿਗੁਰਾਂ ਦੇ ਕੋਲ ਆ ਕੇ ਪੁੱਛਦਾ ਹੈ, ਸਤਿਗੁਰੂ ਕੀ ਭਾਣਾ ਵਾਪਰਿਆ? ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਤਾਂ ਛੰਡ ਵਿੱਚ ਆਈ ਸੀ, ਛੋਟੇ ਸਾਹਿਬਜ਼ਾਦੇ ਕਿੱਥੇ ਨੇ? ਮਾਤਾ ਜੀ ਕਿੱਥੇ ਨੇ ਤੇ ਗੁਰੂ ਕੀਆਂ ਫੌਜਾਂ ਕਿੱਥੇ ਨੇ? ਸਤਿਗੁਰਾਂ ਨੇ ਸਾਰਾ ਹਾਲ ਸੁਣਾਇਆ। ਰੋਈ ਜਾਂਦਾ ਹੈ, ਕਹਿੰਦਾ ਸਤਿਗੁਰੂ ਮੇਰੇ ਲਾਇਕ ਕੋਈ ਸੇਵਾ ਹੋਵੇ ਤਾਂ ਮੈਨੂੰ ਦੱਸੋ। ਮੇਰੇ ਦਾਦੇ ਨੇ ਆਖਿਆ, ਜੇ ਕੁਝ ਕਰਨਾ ਚਾਹੁੰਦਾ ਹੈ ਤਾਂ ਮੈਨੂੰ ਮੇਰੇ ਪੁੱਤਰਾਂ ਦੀ ਖਬਰ ਲਿਆ ਕੇ ਦੇ। ਦਾਦੀ ਮਾਤਾ ਤੇ ਜਿਹੜੇ ਪੋਤੇ ਨੇ ਉਹ ਇੰਨਾ ਤੇ ਪਤਾ ਲੱਗਾ ਹੈ ਕਿ ਉਹ ਦੋਵੇਂ ਇਕੱਠੇ ਨੇ, ਪਰ ਪਤਾ ਨੀ ਕਿਸ ਬੰਨੇ ਗਏ ਨੇ। ਜਾ ਕੇ ਪਤਾ ਲਿਆ ਕੇ ਦੇ। ਹੁਣ ਇਹਨੇ ਆਪਣੇ ਨੌਕਰ ਨੂਰੇ ਮਾਹੀ ਨੂੰ ਘੱਲਿਆ ਹੈ। ਨੂਰੇ ਮਾਹੀ ਦੀ ਭੈਣ ਸਰਹੰਦ ਵਿਆਹੀ ਹੋਈ ਹੈ। ਇਹ ਨੂਰਾ ਮਾਹੀ ਆਪਣੀ ਭੈਣ ਨੂਰੀ ਕੋ ਗਿਆ ਹੈ। ਨੂਰੀ ਨੇ ਜਿਵੇਂ ਸਾਰਾ ਰੋ ਰੋ ਕੇ ਹਾਲ ਸੁਣਾਇਆ ਹੈ, ਉਸ ਸਮੇਂ ਦੀ ਵਾਰਤਾ। ਮੇਰੇ ਨਾਲ ਤੇ ਹੀਰਿਆਂ ਦੀ ਜੋੜੀ ਭਾਈ ਹਰਮਨਪ੍ਰੀਤ ਸਿੰਘ ਬਲ ਪਿੰਡ ਖਡੂਰ ਸਾਹਿਬ, ਸਤਿੰਦਰ ਸਿੰਘ ਖਹਿਰਾ ਤੇ ਪਰਮਿੰਦਰ ਸਿੰਘ ਅਟਾਰੀ, ਬਾਅਦ ਭਾਈ ਅੰਮ੍ਰਿਤਪਾਲ ਸਿੰਘ ਦਾ ਜਥਾ ਹੈ। ਇਹ ਉਹ ਬਿਆਨ ਕਰਦਾ ਵੀ ਜਗ ਤੁਰ ਲਾਇਆ, ਵੇਖ ਸਾਰਾ ਜ
ਬੱਚੇ ਨੀਹਾਂ ਵਿੱਚ ਚਿਣਾ ਵਾਏ ਤਾਂ ਮਾਰ ਮਾਰ ਨੂਰੀ ਕਹਿਣ ਲੱਗੀ ਵੀਰ ਤਾਈ ਵੀਰਾ ਹਾਲ ਜਾਂਦਾ ਨਹੀਂ ਸੁਣਾਇਆ ਹੋਇਆ ਜੋ ਜ਼ੁਲਮ ਸਰਹੰਦ ਮੇਰੇ ਵੀਰ ਆਵੇ ਵੇਖ ਸਾਰਾ ਜੱਗ ਤੁਰ ਲਾਇਆ ਵੇਖ ਸਾਰਾ ਜੱਗ ਤੁਰ ਲਾਇਆ ਹੋਵੇਗਾ ਗਰਕ ਸਰਹੰਦ ਸ਼ਹਿਰ ਕਿਸੇ ਦੇ ਨਾ ਜੇ ਕਲੇ ਸਾਰੀ ਉਸਨੇ ਸਹੇੜੀ ਕਲੇ ਸਾਰੀ ਉਸਨੇ ਸਹੇੜੀ ਹੋਏ ਹਜ਼ੂਰ ਸੁਇਆ ਕਈ ਸਾਲ ਗੁਰੂ ਘਰ ਵਿੱਚ ਸੁਣਿਆ ਗੰਗੂ ਨੇ ਫੜਵਾਏ ਦਾਦੀ ਮਾਂ ਦੀ ਆਖਰੀ ਨਿਸ਼ਾਨੀ ਕੋ ਕੇ ਸਾਲ ਮਾਣੇ ਬੱਚੇ ਨੀਹਾਂ ਵਿੱਚ ਵਿੱਚ ਚਿਣਵਾਏ ਆਜੀਆਂ ਦੁਹਾਈ।
ਦੀ ਪਾਈ ਜਿਉਂਦੇ ਨਾ ਗੇ ਜਾਣ ਲਾਲ ਫਤਵਾ ਸ਼ਰਾ ਦਾ ਉਹਨਾਂ ਲਾਇਆ ਨੀਹਾਂ ਵਿੱਚ ਚਿਣ ਗੁੰਮ ਕਰਕੇ ਤੇ ਮਾਰ ਦਿੱਤੇ ਜ਼ਾਲਮਾਂ ਨੇ ਹੁਕਮ ਸੁਣਾਇਆ ਵੀਰਾ ਮੇਰਿਆ ਵੇ ਜ਼ਾਲਮਾਂ ਨੇ ਹੁਕਮ ਸੁਣਾਇਆ ਗੁੰਮ ਸਿਤਾ ਜਿਹੜੇ ਕਿਆਸ ਵਾਲੇ ਇਟਲੀ ਵਿੱਚ ਸਿੱਟੀ ਜਾਂਦੇ ਉਹਨਾਂ ਵੱਲੋਂ ਬੇਅੰਤ ਅਸੀਸਾਂ ਆਈਆਂ ਨੇ। ਭਾਈ ਸੁਖਬੀਰ ਸਿੰਘ ਜੀ, ਕਥਾਵਾਚਕ ਸਾਹਿਬ, ਵੀਰ ਰਾਜਵੀਰ ਸਿੰਘ ਜੀ, ਭਾਈ ਮਹਿਤਾਬ ਸਿੰਘ ਜੀ ਅਤੇ ਸਾਡੀ ਸਮੂਹ ਸਭਾ ਵੱਲੋਂ ਬੇਅੰਤ ਅਸੀਸਾਂ ਆਈਆਂ ਨੇ। ਸਮੂਹ ਸੰਗਤ ਵੱਲੋਂ ਬੇਅੰਤ ਅਰਦਾਸੇ ਆਏ ਨੇ। ਸਤਿਗੁਰੂ ਖਜ਼ਾਨੇ ਭਰਪੂਰ ਕਰੇ, ਕਾਲ ਕੰਟਕ ਦੂਰ ਕਰੇ। ਆਪਣੇ ਬੱਚਿਆਂ ਦੀ ਦੇ ਕੋਲੋਂ ਜੇ ਕੋਈ ਬੋਲਦਿਆਂ ਭੁੱਲ ਹੋ ਗਈ ਹੋਵੇ ਤੇ ਛੋਟੇ ਬੱਚੇ ਜਾਣ ਕੇ ਖਿਮਾ ਕਰਨੀ ਜੀ, ਸਾਡੀਆਂ ਭੁੱਲਾਂ ਸਾਡੀ ਝੋਲੀ ਪਾਉਂਦੇ ਹੋਏ ਬੁਲਾਓ ਫਤਿਹ ਆਖੋ ਜੀ ਲੋਕਲ ਕਮੇਟੀ ਦੇ ਮੈਂਬਰ ਸਾਹਿਬਾਨ ਭਾਈ ਸਾਹਿਬ ਭਾਈ ਅਜੀਤ ਸਿੰਘ ਜੀ ਮੁਗਲਾਣੀ ਵਾਲੇ ਉਹ ਸਰਪਾਓ ਦੇ ਕੇ ਇਹਨਾਂ ਦਾ ਸਨਮਾਨ ਕਰਨਗੇ। ਸਰਦਾਰ ਅਜੀਤ ਸਿੰਘ ਜੀ ਮੈਂਬਰ ਸਾਹਿਬਾਨ ਲੋਕਲ ਕਮੇਟੀ, ਪਰਮਜੀਤ ਸਿੰਘ ਜੀ ਮੈਨੇਜਰ ਸਾਹਿਬ, ਉਹਨਾਂ ਨੂੰ ਬੇਨਤੀ ਹੈ ਇਸ ਕਮਿਸ਼ਨ ਜਥੇ ਨੂੰ ਤੁਸੀਂ